ਆਪਣਾ ਆਪਣਾ ਫੁੱਟਾ ਕੱਟ ਲਓ। ਵੇ ਕੀ ਰੌਲਾ ਪਾਇਆ ਏ? ਗਰੀਬ ਆਦਮੀ ਰੌਲਾ ਵੀ ਨਾ ਪਾਵੇ ਤੇ ਹੋਰ ਕੀ ਪਾਵੇ? ਉਹ ਹੁਣ ਵਿਚਾਰਾ ਰੌਲਾ ਵੀ ਨਾ ਪਾਵੇ, ਰੌਲਾ ਹੀ ਰਹਿ ਗਿਆ ਉਹਦੇ ਕੋਲ। ਹੋਰ ਕੁਝ ਪਾਏਗਾ ਤੇ ਪੈਸੇ ਲੱਗਣਗੇ, ਰੌਲੇ ਤੇ ਪੈਸੇ ਨਹੀਂ ਲੱਗਦੇ। ਤੇ ਘਰ ਦੇ ਕੰਮ ਕਿਉਂ ਨਹੀਂ ਕੀਤੇ? ਸਾਰੇ ਘਰ ਦੇ ਕੰਮ ਕਰ ਲਏ ਆ। ਤੂੰ ਕੀਤੇ ਕੰਮ ਕੋਈ? ਸਫਾਈਆਂ ਕੀਤੀਆਂ? ਹਾਂ। ਦਿਖਾ ਖ ਭਲਾ ਕਿਹੜੇ ਕਲਰੇ ਦੀਆਂ ਕੀਤੀਆਂ, ਆ ਕੇ ਮੈਨੂੰ ਦਿਖਾ। ਅੰਨਾ ਦੇਖ ਕੇ ਨਹੀਂ ਆਇਆ? ਅੰਨਾ ਦੇਖ ਕੇ ਨਹੀਂ ਆਇਆ ਕਿਉਂ? ਦਾਦੀ ਭੈਣ ਨੂੰ ਦਾਦੀ ਨੂੰ ਹੈ ਉਹ ਤੇਰਾ ਬੇਟਾ ਤੇਰੇ ਉਹ ਤੇਰੀ ਬੂਹੇ 'ਚ ਖਲੋ ਕੇ ਇਸ਼ਾਰੇ ਕਰਨ ਦੀ ਉਮਰ ਆ ਸਾਲ ਹੀ ਤੂੰ ਮਾਰਕੀਟ ਜਾ ਗਈ ਹੈ। ਆ ਉਮਰ ਹੈ ਤੇਰੀ ਇਸ ਕੰਮ ਦੀ? ਬੋਲਦੀ ਨਹੀਂ। ਮੈਂ ਮਿੱਟੀ ਦਾ ਤੇਲ ਵੇਚਣ ਲੱਗ ਪਿਆ ਮੈਨੂੰ ਕਿਸੇ ਨੇ ਸਲਾਹ ਦਿੱਤੀ ਉਹਨੇ ਕਿਹਾ ਜਵਾਨਾ ਮਿੱਟੀ ਦਾ ਤੇਲ ਵੇਚਿਆ ਕਰ ਇਹਦਾ ਰੇਟ ਵੱਧ ਗਿਆ ਉਹ ਮੈਂ ਇੱਕ ਦੋਸਤ ਕੋਲੋਂ ਉਧਾਰੇ 15,000 ਰੁਪਇਆ ਫੜਿਆ 5,000 ਦੀ ਲਈ ਮੈਂ ਖੋਤੀ 5,000 ਦਾ ਲਿਆ ਡਰੰਮ ਤੇ 5,000 ਦਾ
ਰੁਪਈਆ ਉਹਨੂੰ ਚਲੋ ਮੈਂ 5000 ਲਿਆ, 3000 ਦਾ ਲਿਆ ਮੈਂ ਸੱਪ, 2000 ਦੀ ਲਈ ਬੀਨ। ਅੱਛਾ, ਸੱਪ ਨਚਾ ਕੇ ਦਿਹਾੜੀ ਲੱਗਦੀ ਸੀ, ਬੜੇ ਮਜ਼ੇ ਆਉਂਦੇ ਸੀ। ਉਹ ਮੈਂ ਜਾਣ ਕੇ ਇੱਕ ਵਾਰੀ ਸ਼ਰਾਰਤ ਕੀਤੀ ਕਿਸੇ ਦੇ ਘਰ ਸੱਪ ਸੁੱਟਤਾ। ਅੱਛਾ, ਹਾਂਜੀ, ਮੈਂ ਸੱਪ ਜਦੋਂ ਆਪਣਾ ਕਿਸੇ ਦੇ ਘਰ ਸੁੱਟਿਆ, ਉੱਥੋਂ ਮਾਈ ਬਾਹਰ ਆਈ, ਕਹਿੰਦੀ ਕਾਕਾ ਸਾਡੇ ਵੱਲੋਂ ਸੱਪ ਤੇ ਫੜ। ਮੈਂ ਅੱਗੇ ਮਾਈ ਜੀ ਰੁਪਈਆ 500 ਲਾਊਂਗਾ, ਉਹਨੇ 500 ਦਿੱਤਾ, ਮੈਂ ਬੀਨ ਵਜਾਈ, ਮੇਰਾ ਸੱਪ ਬਾਹਰ ਆਇਆ, ਮੈਂ ਫੜ ਕੇ ਝੋਲੇ 'ਚ ਪਾ ਕੇ ਆਰਾਮ ਨਾਲ ਸੌਂ ਗਿਆ। 500 ਦੀ ਦਿਹਾੜੀ, ਸਿਆਣੀ ਕਹਿੰਦੀ ਆ ਲਾਲਚ ਬੁਰੀ ਬਲਾ ਵਾ। ਅਗਲੇ ਮਿੰਟ ਗਿਝੇ ਗਿਝੇ ਨੇ ਸੱਪ ਮੈਂ ਇੱਕ ਹਵੇਲੀ 'ਚ ਸੁੱਟਿਆ ਭਾਈ ਜੀ। ਉੱਥੋਂ ਇੱਕ ਬਾਬਾ ਬਾਹਰ ਆਇਆ, ਬਾਬਾ ਕਹਿੰਦਾ ਪੁੱਤ ਸਾਡੇ ਵੱਲੋਂ ਸੱਪ ਫੜ, ਮੈਂ ਕਿਹਾ ਰੁਪਈਆ 2000 ਲਾਂਗਾ। ਉਹਨੇ ਬੰਦੇ ਨੇ ਮੈਨੂੰ 2000 ਦਿੱਤਾ, ਉੱਥੇ ਮੈਂ ਬੀਨ ਵਜਾਈ, ਉੱਥੋਂ 2 ਨਿਕਲ ਆਏ। ਬਾਬਾ ਮੈਨੂੰ ਕਹਿੰਦਾ ਸੱਪ ਫੜ, ਮੈਂ ਕਿਹਾ ਮੈਂ ਆਪਣਾ ਫੜਦਾ, ਤੁਸੀਂ ਆਪਣਾ ਫੜੋ। ਬਾਬਾ ਸਹੀ ਬੋਲਦਾ ਸੀ, ਕਹਿੰਦਾ ਆਪਣੇ ਵਾਲਾ ਫੜਨਾ ਫੜਾ ਜੀ, ਸਾਡੇ ਵਾਲਾ ਲਾਜ਼ਮੀ ਫੜ। ਉਹ ਵੀ 2000 ਤੇ 5000-7000 ਦੀ ਉਹ ਵੀ ਗੁੱਲੀ ਠੋਕੀ। ਫਿਰ ਮੈਂ ਸੋਚੀ ਇੱਥੇ ਡਾਕਟਰ ਸਾਹਿਬ ਦੇ ਘਰ ਨੌਕਰੀ ਕਰਦੇ ਆ, ਕਿੰਨੀ ਤਨਖਾਹ ਦਿੰਦੇ ਨੇ ਤੁਹਾਨੂੰ? 20000। ਵੈਰੀ ਗੁੱਡ, ਕਿੰਨੀ ਤਨਖਾਹ ਦਿੰਦੇ? 20000। ਸਾਲੀਏ ਬਸ ਕਰਦੇ, ਜਿਹੜੀ ਗਲੀ 'ਚ ਰਹਿੰਦੀ ਹੈ 3600 ਦੀ ਵਿੱਕੀ ਸਾਰੀ। ਹਜੇ ਅਗਲਿਆਂ ਦੇ ਵਿੱਚ ਧਾਰੇ ਨਹੀਂ ਲਏ ਹੈਗੇ, ਅਸਲ ਵਿੱਚ ਇੱਥੇ ਤਾਂ ਨੌਕਰੀ ਕਰਨੇ ਆ ਤੇਰੇ ਬਹਾਨੇ ਦੇ ਨਾਲ। ਉਹ ਤੇਰੇ ਨਾਲ ਸ਼ਾਦੀ ਕਰਨੀ ਚਾਹੁੰਦਾ ਨਾ ਮੈਂ। ਲੈ ਉਹ ਕਿਉਂ, ਉਦਾਂ ਗੁਨਾਹ ਹੁੰਦਾ, ਵਿਆਹ ਕਰਾਂਗੇ ਫਿਰ ਗੁਨਾਹ ਨਹੀਂ ਹੋਏਗਾ। ਅੱਛਾ, ਹਾਂ ਸ਼ਾਦੀ, ਕਿਉਂਕਿ ਇੱਕ ਦੂਜੇ ਨੇ ਵੇਖਣਾ ਵੀ ਮਜ਼ਹਬ ਦੇ ਵਿੱਚ ਹਰਾਮ ਆ, ਗੁਨਾਹ ਵਾ, ਸ਼ਾਦੀ ਕਰਾਂਗੇ ਫਿਰ ਨਹੀਂ ਹੁੰਦਾ। ਤੇਰੀ ਵਿੱਚ ਜੋ ਸ਼ਾਦੀ ਹੋਏਗੀ, ਆਪਾਂ ਕੋਈ ਮੁਰਗਾ ਵਰਗਾ ਨਹੀਂ ਪਕਾਉਣਾ। ਉਹ ਇਹ ਪੁਰਾਣੇ ਰਿਵਾਜ ਹੋ ਗਏ ਮੁਰਗਾ, ਆ ਨਾਲੇ ਬਲੈਲਰ ਨਹੀਂ ਖਾਣਾ ਚਾਹੀਦਾ। ਆ ਵੇਖ ਲਾ ਮੇਰੇ ਅੱਗੋਂ ਕੀ ਹਾਲ ਹੋਇਆ, ਇਹ ਸਾਲਾ ਸਹੀ ਨਹੀਂ ਹੁੰਦਾ, ਉਹਦਾ ਮੈਂ ਗੋਜ ਦਿਖਾਤਾ, ਉਹ ਪਿੱਛੋਂ ਗੰਜਾ, ਮੈਂ ਅੱਗੋਂ ਹੋ ਗਿਆ। ਇਹ ਟੈਨਸ਼ਨ ਹੀ ਆ ਸਾਰੀ, ਆਪਾਂ ਪਕਾਵਾਂਗੇ ਸਦਾਦੀਏ ਬਟੇਰੇ। ਹਾਏ ਹਾਏ, ਸਿਆਣੇ ਕਹਿੰਦੇ ਗਰਮੀ ਨੂੰ ਗਰਮੀ ਮਾਰਦੀ ਆ। ਹਾਂ, ਬਟੇਰੇ ਪਕਾਵਾਂਗੇ ਤੇ ਅਸੀਂ ਲਹਿਦਾ ਲਹਿਦਾ ਰੋਟੀ ਵੀ ਨਹੀਂ ਖਾਣਾ ਮਾਣੀ। ਬੁੱਢੀਆਂ ਬੰਦੇ ਦੋ ਬੱਚੇ ਹੋ ਗਏ, ਫਰੇਮ ਇੰਜ ਹੋ ਜਾਣਾ ਕਰਕੇ, ਉੱਤੋਂ ਪਾਕਿਸਤਾਨੀ ਖੁਰਾਕਾਂ ਵੇਖ ਲਾ, ਬੱਚੇ ਤੇ ਦੋ ਪੈਦਾ ਹੋ ਗਏ, ਗੋਡਿਆਂ 'ਚ ਇੰਜ ਆਵਾਜ਼ਾਂ ਆਉਣੀਆਂ ਜਿੱਦਾਂ ਬੈੱਡ ਦੀਆਂ ਆਵਾਜ਼ਾਂ ਆਉਂਦੀਆਂ। ਹੈ ਤੂੰ 100 ਰੁਪਇਆ ਕਹਿੰਦੀ, ਜਦੋਂ ਤੁਹਾਡੀ ਮੇਰੀ ਸ਼ਾਦੀ ਹੋਏਗੀ, ਤੁਸੀਂ ਮੇਰੇ ਘਰ ਕਾਹਦੇ 'ਤੇ ਆਉਣਾ ਪਸੰਦ ਕਰੋਗੇ, ਕਾਰ 'ਤੇ, ਬੱਸ 'ਤੇ ਕਿ ਬੱਗੀ 'ਤੇ ਕਿ ਜਹਾਜ਼ 'ਤੇ? ਜਹਾਜ਼ ਨਹੀਂ ਵੇਖਿਆ ਤੂੰ ਕਦੀ? ਨਹੀਂ, ਤੂੰ ਜਿੱਥੇ ਰਹਿੰਦੀ ਉੱਥੋਂ ਕਦੀ ਉੱਤੋਂ ਦੀ ਵੀ ਲੰਘਿਆ? ਕਦੀ ਨਹੀਂ ਵੇਖਿਆ? ਏਦਾਂ ਦਾ ਹੁੰਦਾ ਜਹਾਜ਼? ਮੇਰੇ ਕੋਲ ਤਾਂ ਏਦਾਂ ਦਾ ਹੀ ਹੈ, ਇਹਨਾਂ ਦਾ ਪਤਾ ਨਹੀਂ ਮੈਨੂੰ। ਏਦਾਂ ਜਹਾਜ਼ ਹੁੰਦਾ ਵਾ, ਇੱਥੇ 2 ਟਾਇਰ ਹੁੰਦੇ ਉਹਦੇ, ਇੱਕ ਟਾਇਰ ਹੁੰਦਾ ਇੱਥੇ, ਉਹ ਟਾਇਰ ਲਾ ਕੇ ਮੈਂ ਉੱਤੇ ਲਪੇਟਿਆ ਉਹਦੇ। ਉਹ ਮੈਂ ਕਿਹਾ ਜਦੋਂ ਉਤਰੇ ਇਹਨਾਂ ਦੇ ਮੂੰਹ 'ਤੇ ਸੱਟ ਨਾ ਲੱਗੇ, ਆਪਣਾ ਜਹਾਜ਼ ਹੈ ਨਾ, ਜਿੱਦਾਂ ਕਰ ਲਓ ਉਹਦਾ। ਲੇਕਿਨ ਤੇਰੀ ਮੇਰੀ ਸ਼ਾਦੀ ਹੈ, ਸ਼ਾਦੀ ਹੋਏਗੀ, ਸ਼ਾਦੀ ਦੇ ਵਿੱਚ ਬੜਾ ਮਨੋਰੰਜਨ ਹੋਏਗਾ। ਹਾਂਜੀ, ਖੁਸਰੇ ਨਚਾਵਾਂਗੇ ਆਪਾਂ, ਆਪਾਂ ਪਹਿਲਾਂ ਕੀ ਕਰਾਂਗੇ, ਆਪਾਂ ਆਪਣੀ ਸ਼ਾਦੀ ਦੇ ਉੱਤੇ ਈਸ਼ਵਰੀਆ ਰਾਏ ਨਚਾਵਾਂਗੇ, ਕਰੀਨਾ ਕਪੂਰ ਨੱਚੇਗੀ,
ਡਿੰਪਲ ਕਬਾੜੀਆ ਨੱਚੇਗੀ ਕਿੱਦਾਂ ਭਲਾ ਕਿੱਦਾਂ ਸੀ ਡੀ ਲਾਵਾਂਗੇ ਆਪਾਂ ਸਾਰੀਆਂ ਨੱਚਣਗੀਆਂ ਉਹਦੇ ਵਿੱਚ ਤਿੰਨ ਤਨਖਾਹਾਂ ਸਾਹਿਬ ਜੀ ਕੋਲੋਂ ਲੈ ਕੇ ਮੈਂ ਰੋਕ ਲਈਆਂ ਵਾਂ ਚੌਥੀ ਤਨਖਾਹ ਜਦੋਂ ਮਿਲਣੀ ਉਦੋਂ ਆਪਣੀ ਸ਼ਾਦੀ ਹੋ ਜਾਣੀ ਤੇ ਸ਼ਾਦੀ ਦੇ ਵਿੱਚ ਮਨੋਰੰਜਨ ਹੋਣਾ ਚਾਹੀਦਾ ਕੋਈ ਸੋਹਣਾ ਘੁੰਗੜਾ ਕਦੇ ਡਾਂਸ ਆਉਂਦਾ ਹੁੰਦਾ ਤੈਨੂੰ ਨਹੀਂ ਕਿਉਂ ਹਾਂ ਜਿੰਨਾ ਕੁ ਵੀ ਆਉਂਦਾ ਕਰਕੇ ਦਿਖਾ ਦਿਓ ਕੋਈ ਕੰਮ ਤੋਰਦੇ ਕਦੀ ਆਈ ਹੈ ਨਹੀਂ ਆਵਾਜ਼ ਨਹੀਂ ਹਾਂਜੀ ਸ਼ਾਦੀ ਨਹੀਂ ਬੋਲੀਏ
ਤੁਸੀਂ ਕਰਦੇ ਸਾਡੇ ਨਾਲ ਟੀਕਾ ਭਰ ਕੇ ਲਿਆ ਜੀ ਸਾਹਿਬ ਇੰਜੈਕਸ਼ਨ ਲੈ ਦੇ ਹੋਰ ਭਾਈ ਜੀ ਤੀ ਨਾ ਸਦਾ ਹਵਾ ਦਾ ਟੀਕਾ ਲਾਉਣਾ ਹੈ ਇਹ ਡਰਾਮਾ ਮੈਂ ਜ਼ਹਿਨੀ ਤੌਰ ਤੇ ਲਾਉਣਾ ਪੈਣਾ ਕੀ ਡਾਕਟਰ ਸਾਹਿਬ ਬੱਚੇ ਕਿਨੇ ਮੇਰਾ ਆਪਣੇ ਵਾਲਾ ਭਰਿਆ ਪਿਆ ਉਹ ਲਾ ਕੇ ਮੇਰਾ ਵੀਕਨੈਸ ਹੈ ਕੀ ਤੇਰਾ ਹੱਥ ਦੀ ਚੱਲ ਜਾਂਦਾ ਆਪੇ ਐਦੋ ਬਹਿ ਲਓ ਲਓ ਜੀ ਕਾਣਾ ਤੇ ਤਾਂ ਤੁਸੀਂ ਹੋਰ ਸੀ ਲੇਕਿਨ ਜਗ੍ਹਾ ਨਾ ਕਾਫੀ ਹੋਣ ਦੀ ਵਜ੍ਹਾ ਤੋਂ ਸਾਡੇ ਬਾਹਰ ਲਾ ਠੀਕ ਹੈ ਜੀ ਤੇ ਪੈਸੇ ਪੂਸੇ ਇਸ ਕਰਕੇ ਕੰਮ ਵੀ ਕਰਦੇ ਆਰਟਿਸਟ ਹੈ ਕੰਮ ਹੀ ਕਰੋ ਹਾਂਜੀ ਕਿ ਫਿਲਮਾਂ ਜੀ ਫਿਲਮਾਂ ਕੀ ਕਰ ਫਿਲਮਾਂ ਦੀ ਕੰਮ ਕਰਦੇ ਹੋ ਹਾਂ ਸਾਡੇ ਮੋਬਾਈਲ 'ਚ 250 ਫਿਲਮਾਂ ਆਉਂਦੀ ਸਟੇਜ ਵੀ ਨਹੀਂ ਇਹ ਬੜਦਾ ਵਾਲੀ 'ਚ ਕਰਦੀ ਚੀਕਾਂ ਵਾਲੀ 'ਚ ਨਹੀਂ ਚਲੋ ਤੁਹਾਡੇ ਕੋਲ ਕੀ ਪੈਸੇ ਲੈਣ ਇੰਜੈਕਸ਼ਨ ਲੈਣਾ ਇਹਦਾ ਹੋਣੇ ਪਤਾ ਲੱਗ ਜਾਏਗਾ ਕਿ ਸਹੀ ਲੱਗਾ ਕਿ ਨਹੀਂ ਸਾਨੂੰ ਖਾਣਾ ਕੱਟ ਕੇ ਵਾਓਗੇ ਓਕੇ ਅਸੀਂ ਪੈਸੇ ਨਹੀਂ ਲੈਣੇ ਹਾਂ ਜੁੱਤੀ ਇਹਦੇ ਲਾਓ ਟੋਕਨ ਲਾ ਜੁੱਤੀ ਨੂੰ ਤੇ ਤੁਸੀਂ ਡਾਕ ਕਰ ਦਿਓ ਤੇ ਉਹ ਤੇ ਮੈਂ ਤੁਹਾਨੂੰ ਸਾਈਨ ਕਰ ਦਿੱਤਾ ਠੀਕ ਹੈ ਕਰ ਦਿੱਤਾ
ਮੇਰੀ ਲਾਗ ਵਿੱਚ ਦੂਜੀ ਅਖਬਾਰ ਦੀ ਸ਼ਾਰਟ ਹੈ ਕਿਹਦੀ ਫੋਟੋ ਆਉਂਦਾ ਹੈ ਚੱਲ ਗਈ ਹੈ ਚੱਲ ਗਈ ਹੈ ਕੁੱਤੇ ਨੂੰ ਦੇਖਦੇ ਯਾਰ ਯਾਰ ਚੁੱਪ
ਜਿਹੜਾ ਨਾਲਿਆ ਕਰਕੇ ਇੰਨੀ ਬੋਲ ਹੁੰਦੀ ਸੀ ਪਤਾ ਨਹੀਂ ਕਿਉਂ ਮੰਗਾ ਤੇ ਆ ਕੇ ਲਾ ਕੇ ਪਾਣੀ ਨਹੀਂ ਹੈ ਨਾ ਆਇਆ ਨਾ ਸਰ ਤੇ ਬਾਹਰ ਦਾ ਪਰਫਿਊਮ ਲਾਇਆ ਪਤੌਰਾ ਨਹੀਂ ਮੈਂ ਕਿ ਕੱਟਦਾ ਤੂੰ ਤੇ ਮੋੜਾ ਮੈਂ ਹਾਂ ਤੂੰ ਖਾਣਾ ਉੱਥੇ ਚਲੋ ਨਾ ਨਾ Thank you.
ਆਪਣਾ ਨੰਬਰ ਲਗਾ ਜੀ ਚੱਕਿਆ ਹਾਂ ਜੀ ਦਰਸ਼ਕ ਸਾਹਿਬ
ਨਹੀਂ ਸਹੀ ਨਹੀਂ